ਪਿੱਛੇ ਬੜਾ ਸੰਦੀਪ ਕੁਮਾਰ ਸਿੰਘਾਂ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ, ਅਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਟੇਕਅਪ ਕਰਦੇ ਹੋਏ ਇਸ ਕੇਸ ਨੂੰ ਫੋਲੋਅਪ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ 302 ਆਮ ਸੈਕਟਰ ਦਰਜ ਕੀਤਾ ਗਿਆ। ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ ਅਨੂਪ ਕੁਮਾਰ ਇਲਿਆਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਈਡੈਂਟੀਫਾਈਡ ਸੀਗਾ, ਉਸ ਤੋਂ ਇਲਾਵਾ ਬਾਕੀ ਅਕਿਊਜ ਆਈਡੈਂਟੀਫਾਈਡ ਨਹੀਂ ਸੀਗੇ। ਇੱਕ ਮੋਟਰਸਾਈਕਲ 'ਤੇ ਆ ਕੇ 3 ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ, ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਮਿਲਾ ਇੰਨਾ ਸਾਨੂੰ ਕਲੀਅਰ ਹੋਇਆ। ਸੋ ਸਾਡੀ ਟੀਮ ਨੇ ਆ ਕੇ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਇਨੀਸ਼ੀਅਲੀ ਜਿਹੜੇ 3 ਮੇਨ ਅਕਿਊਜ ਬਾਈਕ 'ਤੇ ਆਏ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਇਲਿਆਸ ਵਿੱਕੀ, ਮਨਪ੍ਰੀਤ ਇਲਿਆਸ ਮਨੀਸ਼ ਅਤੇ ਰੋਹਿਤ ਇਲਿਆਸ ਸੂਰਜ ਦੇ ਨਾਮ ਤੋਂ ਕੀਤੀ। ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਦ ਇਨ ਆਈ ਥਿੰਕ 24 ਆਵਰ ਜਿਹੜਾ ਹੈਗਾ ਉਹ ਅਸੀਂ ਇੱਕ ਅਕਿਊਜ ਸੂਰਜ ਕੁਮਾਰ ਨੂੰ ਅਸੀਂ ਅਰੈਸਟ ਕੀਤਾ। ਉਸ ਤੋਂ ਫਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ, ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ 'ਚ ਪਹਿਲਾਂ ਤੋਂ ਨੋਮੀਨੇਟਡ ਹੈਗਾ ਅਤੇ ਵਿੱਕੀ ਵੀ 307 ਦੋਨੋਂ ਹੀ ਸੇਮ ਕੇਸ 'ਚ ਹੈਗੇ, ਅਤੇ ਥੋੜ੍ਹਾ ਜਿਹਾ ਕ੍ਰਿਮੀਨਲ ਟਾਈਪ ਦੀ ਇਹਨਾਂ ਦੀ ਮੈਂਟੈਲਿਟੀ ਹੈਗੀ ਆ। ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਅਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫੋਰਮਡ ਹੈਗੇ, ਅਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਂਪਰ ਕੀਤਾ। ਅਤੇ ਫਿਰ ਅਸੀਂ ਜਿਹੜੇ ਹੈਗੇ ਸਾਡੀ ਟੀਮਸ ਨੇ SPD ਦੀ ਅਗਵਾਈ ਹੇਠ, DSP ਦੀ ਅਗਵਾਈ ਹੇਠ, 3-4 CIA, SHO ਹਰਿਆਣਾ, SHO ਦਸੂਆ, SHO ਮੇਟਿਆਣਾ, SHO ਹਾਜੀਪੁਰ, ਅਸੀਂ ਕੁਛ ਬਾਹਰਲੇ ਜ਼ਿਲ੍ਹਿਆਂ ਦੀ ਵੀ ਮਦਦ ਲਿੱਤੀ, ਜਿਹਦੇ ਵਿੱਚ SSP ਆਪਣੇ ਕਪੂਰਥਲਾ ਦੀ ਹੈਲਪ, SSP ਜਲੰਧਰ ਦੀ ਹੈਲਪ, ਸਿੱਖ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵੱਖ ਵੱਖ ਟਾਈਮ 'ਤੇ ਅਸੀਂ ਲੈਂਦੇ ਰਹੇ ਹਾਂ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ DIG ਸਾਹਿਬ ਸਾਨੂੰ ਗਾਈਡ ਕਰਦੇ ਰਹੇ, ਅਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫੋਲੋਅਪ ਕਰਦੇ ਹੋਏ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਵਜਨ 'ਚ ਮਦਦ ਕੀਤੀ ਉਹ ਇੱਕ ਸਨਮੀਤ ਕੁਮਾਰ ਨੂੰ ਅਸੀਂ ਆਈਡੈਂਟੀਫਾਈਡ ਕੀਤਾ, ਜਿਹਨੇ ਆਪਣੀ ਸਵਿਫਟ ਕਾਰ 'ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ 'ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ। ਉਸ ਤੋਂ ਬਾਅਦ ਉਸਦੇ ਬਾਅਦ ਅਸੀਂ ਇੱਕ ਗੋਪੀ ਅਤੇ ਇੱਕ ਮਨਦੀਪ ਦੀ ਪਛਾਣ ਕੀਤੀ, ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਅਤੇ ਇਹਨੂੰ ਵਜਨ 'ਚ ਹੈਲਪ ਕੀਤੀ। ਮਨਦੀਪ ਕੁਮਾਰ ਅਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ, ਅਤੇ ਉਹਨਾਂ ਦੀ ਪੁੱਛਤਾਛ ਤੋਂ ਅਤੇ ਔਰ ਬਾਕੀ ਹਿਊਮਨ ਇਨਪੁੱਟ ਤੋਂ ਸਾਨੂੰ ਕਲਿਊ ਮਿਲੇ, ਕੁਛ ਵਾਈਟਲ ਕਲਿਊ ਜਿਹੜੇ ਮਿਲੇ, ਅਤੇ ਐਟ ਦੀ ਸੇਮ ਟਾਈਮ ਕੁਛ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ। ਅਤੇ ਉਹਦੇ ਆਧਾਰ 'ਤੇ ਜਿਹੜਾ ਹੈਗਾ ਕੱਲ੍ਹ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ, ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੀ ਵੱਖਰੀ ਥਾਵਾਂ 'ਤੇ ਮੂਵ ਕਰ ਰਹੀ ਸੀਗੀ, ਬਟ ਕੱਲ੍ਹ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ 'ਚ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ, ਜਿਹਦੇ ਵਿੱਚ ਆ ਬਜਵਾੜਾ ਫੋਰਟ ਵਾਲੇ ਪਾਸੇ ਅਤੇ ਇੱਧਰ ਦਿਖਿਆ, ਅਤੇ ਉੱਥੇ ਸਾਡੀ ਟੀਮਸ ਨੇ CCTV ਫੁਟੇਜ ਅਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ। ਉਸ ਤੋਂ ਬਾਅਦ ਹਿਊਮਨ ਇਨਪੁੱਟ ਸਾਡੇ ਕੋਲ ਜਿਹੜੀ ਆਈ ਅਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸੂਆ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ, ਅਤੇ ਦੋ ਲੋਕ ਹੈਗੇ, ਅਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਪ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ। ਵੱਖ ਵੱਖ ਟੀਮਾਂ ਸਾਡੀ ਇਸ ਚੀਜ਼ 'ਚ ਇਹਨਾਂ ਨੂੰ ਫੜਨ ਵਾਸਤੇ ਡਿਪਿਊਟ ਕੀਤੀਆਂ ਗਈਆਂ, ਜਿਹਦੇ ਵਿੱਚ SHO ਦਸੂਆ ਦੀ ਟੀਮ ਉੱਧਰ ਵਾਲੇ ਪਾਸੇ, ਦੂਜਾ SHO ਹਰਿਆਣਾ ਦੀ ਟੀਮ, 3-4 CIA ਦੀ ਟੀਮ, DSP ਅਤੇ ਹੋਰ ਬਾਕੀ SHO ਦੀ ਟੀਮਾਂ ਵੱਖਰੀ ਵੱਖਰੀ ਸਿਵਲ 'ਚ ਅਤੇ ਯੂਨੀਫੋਰਮ 'ਚ ਸਾਰੀ ਇਹਨਾਂ ਨੇ। ਅਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10-10:30 ਵਜੇ ਦੇ ਆਸ ਪਾਸ ਜਦੋਂ ਚੇਸ ਕਰ ਰਹੇ ਸੀਗੇ, ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਔਫ ਫਾਇਰ
ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਅਤੇ ਇਹਨਾਂ ਕੋਲ ਵੈਪਨ ਸੀਗਾ ਬੰਦੇ ਕੋਲ ਅਨੂਪ ਕੁਮਾਰ ਕੋਲ, ਅਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨੂੰ ਬਿਲਕੁਲ ਕਲੋਜ਼ਲੀ ਫੋਲੋ ਕਰ ਰਹੀ ਸੀਗੀ ਅਤੇ ਜਦੋਂ ਫੜਨ ਲੱਗੇ ਤਾਂ ਇਹਨਾਂ ਨੇ ਫਾਇਰ ਕੀਤਾ ਅਤੇ ਐਕਸਚੇਂਜ ਆਫ ਫਾਇਰ 'ਚ ਆ ਅਨੂਪ ਕੁਮਾਰ ਅਲੀਅਸ ਜਿਹੜਾ ਵਿੱਕੀ ਮੇਨ ਜਿਹੜਾ ਅਕਿਊਜ਼ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਗੋਲੀ ਚਲਾ ਕੇ, ਉਹਦੇ ਲੱਤ 'ਤੇ ਜਿਹੜੀ ਹੈਗੀ 2 ਗੋਲੀਆਂ ਲੱਗੀ ਅਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ, ਅਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀਗੀ ਉਹਦੇ ਆਧਾਰ 'ਤੇ ਹੀ ਫਰਦਰ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਅਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਭਜਨ 'ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ, ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮੋਰਨਿੰਗ ਅਰੈਸਟ ਕੀਤਾ। ਅਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ 3 ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਹ 3 ਦੋਸ਼ੀ ਫੜੇ ਗਏ ਹੈਗੇ, ਅਤੇ ਉਸ ਤੋਂ ਇਲਾਵਾ 4 ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ, ਇਹਨਾਂ ਨੂੰ ਸ਼ੈਲਟਰ ਕੀਤਾ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ, ਕਿਉਂਕਿ ਜਿਹੜਾ ਮੇਨ ਅਕਿਊਜ਼ ਹੈਗਾ ਉਹ ਫਿਰ ਪਹਿਲਾਂ ਸਿਵਲ ਹੋਸਪਿਟਲ ਉਹਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ, ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹੋਸਪਿਟਲ 'ਚ, ਅਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ, ਅਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੁੰਦਾ ਉਹਦਾ ਟ੍ਰੀਟਮੈਂਟ ਤੋਂ ਬਾਅਦ। ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੇ ਭਜਨ 'ਤੇ ਮਦਦ ਵੀ ਕੀਤੀ, ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਹੈਲਪ ਕੀਤੀ, ਕਿੱਥੋਂ ਅਰੇਂਜ ਕਰਨਾ, ਕਿਸ ਤਰੀਕੇ ਨਾਲ ਅਰੇਂਜ ਕਰਨਾ, ਬਾਕੀ ਅਸੀਂ ਹੋਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ। ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਹੈਗੇ, ਬਟ ਜਿੰਨੀ ਕੁ ਅਸੀਂ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਾਂ ਨਾਲ ਫੜਿਆ ਹੈਗਾ, ਅਤੇ ਪ੍ਰਾਈਮ ਆਫ ਸਾਈ ਜਿਹੜਾ ਹੈਗਾ ਕਿ ਇੱਕ ਵਜ੍ਹਾ ਜਿਹੜੀ ਹੈਗੀ ਉਹ ਤੋਂ ਆਹ ਹੈਗੀ ਜਿਹੜੀ ਤੁਸੀਂ ਪਿਛਲੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਲੜਾਈ ਝਗੜਾ ਹੋਇਆ ਸੀਗਾ ਕੁਛ ਲੋਕਾਂ ਨਾਲ, ਅਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦੇਖ ਰਿਹਾ ਸੀਗਾ, ਅਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰੋਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਮਤਲਬ ਕਾਫੀ ਉਹਨੂੰ ਅਬਿਊਜ਼ ਅਤੇ ਪ੍ਰੋਵੋਕ ਅਤੇ ਹਿਊਮੀਲੇਟ ਕੀਤਾ ਕਿ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈਗੀ ਸਾਡੀ ਅਤੇ ਤੂੰ ਕਿਸੇ ਜੋਗਾ ਨਹੀਂ ਹੈਗਾ ਇਸ ਟਾਈਪ 'ਚ, ਅਤੇ ਉਸ ਚੀਜ਼ ਨੇ ਇਹਨੂੰ ਪ੍ਰੋਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ। ਬਟ ਜਿਹੜਾ ਹੈਗਾ ਆਹ ਇਕੱਲੀ ਵਜ੍ਹਾ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈਗੀ ਜਦੋਂ ਤੱਕ ਕਿ ਖੁਦ ਅਕਿਊਜ਼ਡ ਆ ਕੇ ਇਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰਦਾ, ਕੰਫੈਸ ਨਹੀਂ ਕਰਦਾ ਹੈਗਾ, ਅਤੇ ਐਟ ਦੀ ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ 'ਚ ਆ ਕੋਰੋਬਰੇਟ ਨਹੀਂ ਹੋਈ ਹੈਗੀ। ਐਟ ਦੀ ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਜ਼ ਵਨ ਆਫ ਦੀ ਮੇਨ ਰੀਜ਼ਨ ਜਿਹਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ। ਬਾਕੀ ਅਸੀਂ ਔਰ ਇਨਵੈਸਟੀਗੇਟ ਨੂੰ ਕਰ ਰਹੇ ਹਾਂ ਫਰਦਰ, ਅਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਮਤਲਬ ਇਹਨਾਂ ਨੇ ਫੈਸਿਲੀਟੇਟ ਕੀਤਾ, ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲ ਵੈਪਨ ਪਹੁੰਚਿਆ, ਅਤੇ ਮੇ ਬੀ ਇਹਨਾਂ ਵਿੱਚੋਂ ਹੀ ਕਿਸੇ ਬੰਦੇ ਨੇ ਵੈਪਨ ਦਿੱਤਾ ਹੋਵੇ, ਬਟ ਜਦੋਂ ਤੱਕ ਉਸ ਤਾਂ ਅਸੀਂ ਡਿਟੇਲ 'ਚ ਨਹੀਂ ਕਰ ਲੈਂਦੇ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ 'ਤੇ ਨਹੀਂ। ਹਾਂਜੀ ਹਾਂਜੀ ਮੈਂ ਤੁਹਾਨੂੰ ਕ੍ਰਿਮੀਨਲ ਰਿਕਾਰਡ ਸਾਰਿਆਂ ਦਾ ਹੀ ਦੱਸ ਦੇਣਾ, ਮੈਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਦੱਸ ਦੇਣਾ। ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਟਲ ਜਿਹੜਾ ਹੈਗਾ 32 ਬੋਰ 3 ਰਾਊਂਡਸ ਦੇ ਨਾਲ ਰਿਕਵਰ ਕੀਤਾ ਹੈਗਾ, ਇੱਕ ਦਾਤਰ ਅਸੀਂ ਰਿਕਵਰ ਕੀਤਾ, ਇੱਕ ਸਵਿਫਟ ਕਾਰ ਜਿਸ ਕਾਰ 'ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਵਜਨ 'ਚ ਹੈਲਪ ਕੀਤੀ ਗਈ ਉਹ ਰਿਕਵਰ ਕੀਤੀ ਹੈਗੀ, ਇੱਕ ਪਲੈਟਨਾ ਮੋਟਰਸਾਈਕਲ ਜਿਸ 'ਤੇ ਕ੍ਰਾਈਮ ਕੀਤਾ ਗਿਆ ਸੀਗਾ ਉਹ ਰਿਕਵਰ ਕੀਤੀ ਹੈਗੀ, ਇੱਕ ਮੋਟਰਸਾਈਕਲ ਜਿਸ 'ਤੇ ਕੱਲ੍ਹ ਆ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਹੈਗੀ। ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸਿਆ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ 'ਚ ਹੁਣ ਅਰਲੀ ਮੋਰਨਿੰਗ ਤੱਕ ਅੱਜ ਸੂਬਹ ਤੱਕ, ਅਤੇ ਜਿਹੜੇ ਹੈਗੇ ਆ ਜਿਹੜਾ ਕੱਲ੍ਹ ਬਰੀਫ ਐਕਸਚੇਂਜ ਆਫ ਫਾਇਰ ਹੋਇਆ ਇਹਦੇ ਸੰਬੰਧ 'ਚ ਵੀ ਇੱਕ ਮੁਕੱਦਮਾ 307 ਦੇ ਤਹਿਤ
353 ਦੇ ਤਹਿਤ ਆਮ ਸੈਕਟ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ 'ਤੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀਗੀ, ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ, ਉਹਨਾਂ ਨੂੰ ਸੈਲਫ ਡਿਫੈਂਸ 'ਤੇ ਜਿਹੜਾ ਹੈਗਾ ਇੱਥੇ ਫਾਇਰ ਕਰਕੇ ਇਹਨੂੰ ਕਾਬੂ ਕੀਤਾ। ਜਿਹੜਾ ਦੋਸ਼ੀ ਅਨੂਪ ਕੁਮਾਰ ਹੈਗਾ, ਅਨੂਪ ਕੁਮਾਰ 'ਤੇ ਦੋ ਮੁਕੱਦਮੇ ਜਿਹੜੇ ਹੈਗੇ ਦਰਜ ਹੈਗੇ, ਜਿਹੜਾ 1-307 ਵਾਲਾ ਹੈਗਾ ਅਤੇ ਜਿਹੜਾ ਪਹਿਲਾਂ ਦਰਜ ਹੋਇਆ ਹੋਇਆ ਸੀਗਾ ਮਾਡਲ ਟਾਊਨ ਥਾਣੇ 'ਚ, ਅਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ। ਹੁਣ ਇੱਕ ਦਰਜ ਹੋਰ ਅਸੀਂ ਜਿਹੜਾ ਕੀਤਾ ਹੈਗਾ ਅੱਜ ਹਰਿਆਣਾ ਥਾਣੇ 'ਚ, ਤਾਂ ਉਹ ਤੀਜਾ ਮੁਕੱਦਮਾ ਹੋ ਗਿਆ। ਰੋਹਿਤ ਕੁਮਾਰ 'ਤੇ ਵੀ ਦੋ ਕੇਸ ਦਰਜ ਹੈਗੇ, ਇੱਕ NDPS ਦਾ ਅਤੇ ਇੱਕ ਆ ਜਿਹੜਾ ਮਰਡਰ ਵਾਲਾ ਕੇਸ ਦਰਜ ਹੈਗਾ। ਕਰਨ ਕੁਮਾਰ 'ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ। ਜਿਹੜਾ ਗੋਪੀ ਹੈਗਾ ਉਹਦੇ 'ਤੇ 7 ਕੇਸ ਦਰਜ ਹੈਗੇ, ਹੁਣ ਵਾਲੇ ਕੇਸ ਨੂੰ ਇੰਕਲੂਡ ਕਰਕੇ 6 ਕੇਸ ਪਹਿਲਾਂ ਹੈਗੇ, ਜਿੱਥੇ ਪ੍ਰਿਜਨ ਐਕਟ ਦੇ, NDPS ਐਕਟ ਦੇ FIR ਦਰਜ ਹੈਗੇ, ਅਤੇ ਇੱਕ 302-307 ਦਾ ਵੀ ਭੋਗਪੁਰ ਥਾਣੇ ਦਾ ਕੇਸ ਉੱਤੇ 2018 ਦਾ ਦਰਜ ਹੈਗਾ। ਉਸ ਤੋਂ ਬਾਅਦ ਮਨਦੀਪ ਜਿਹੜਾ ਹੈਗਾ ਉੱਤੇ ਪ੍ਰਿਜਨ ਐਕਟ ਦੇ ਕਾਫੀ ਕੇਸ ਦਰਜ ਹੈਗੇ, 399-402 ਦੇ ਕੇਸ ਹੈਗੇ ਅਤੇ NDPS ਐਕਟ ਦੇ ਕਾਫੀ ਕੇਸ ਦਰਜ ਹੈਗੇ। ਅਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਹੋਰ ਫਰਦਰ ਇਨਵੈਸਟੀਗੇਟ ਕਰ। ਸਰ ਜੀ ਇੱਕ ਤੀਸਰਾ ਦੋਸ਼ੀ ਮਨੀਸ਼ ਕੁਮਾਰ ਹੈ, ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਜੀ? ਹਾਂਜੀ ਹਾਂਜੀ, ਤੀਸਰਾ ਉਹਦੇ 'ਤੇ ਵੀ ਸਰ ਹੈ ਪਹਿਲਾਂ ਮੁਕੱਦਮੇ ਦਰਜ? ਗਾਓ ਬਤਾ ਦਿੱਤੇ ਹੈ ਆਪਕੋ, ਸਾਰਾ ਬਤਾ ਦਿੱਤੇ, ਸਭ ਕੇ ਗਾਓ ਬਤਾ ਦਿੱਤੇ, ਕਿਸ ਕਿਸ ਕੋ ਲੈਟ ਲੌਂਗ ਵੀ ਦੇ ਦੇਂਗੇ ਆਪਕੋ, ਕੋਈ ਬਾਤ ਨਹੀਂ। ਸਰ ਮਨੀਸ਼ ਜਿਹੜਾ ਅਰੈਸਟ ਕੀਤਾ ਤੀਸਰਾ, ਪਕੜ ਲਿਆ ਹੈ, ਇਹ ਬਾਤ ਕੰਮ ਲੱਗ ਗਈ, ਸਪੋਰਟ ਕਰਨਾ ਪੜੇਗਾ, ਕੌਣ ਕਿਸ ਕੋ ਬਤਾ ਦਿੱਤੇ ਹੈ, ਹੁਸ਼ਿਆਰਪੁਰ ਸੇ ਪਕੜਾ ਜੀ, ਇਹ ਤੋਂ ਹਰਿਆਣਾ ਮੈਂ ਜੋ ਫਾਇਰ ਹੋਇਆ ਹੈ ਹਰਿਆਣਾ ਸੇ ਪਕੜਾ ਜੀ, ਉਸਕੋ ਮੇਨ ਅਕਿਊਜ਼ ਜੋ ਹੈ ਉਸਕੋ, ਉਸਕੇ ਬਾਅਦ ਮੈਂ ਮਨੀਸ਼ ਕੁਮਾਰ ਔਰ ਕਰਨ ਕੋ ਅਭੀ ਰੀਸੈਂਟਲੀ ਹਮਨੇ ਅਰੈਸਟ ਕੀਆ ਹੈ, ਹਮ ਆਪਕੋ ਅਪਡੇਟ ਕਰ ਰਹੇ ਹੈਂ ਜੀ। ਜੀ ਸਰ ਮਨੀਸ਼ ਜਿਹੜਾ ਅਰੈਸਟ ਕੀਤਾ ਉਹ ਤੋਂ ਵੀ ਪਹਿਲਾਂ ਹੈ ਪਰਚੇ ਦਰਜ? ਮੇਨ ਮੁੱਦੇ ਤੇ ਫੋਕਸ ਕਰਨਾ, ਸਰ ਮਨੀਸ਼ ਤੇ ਵੀ ਹੈ ਪਹਿਲਾਂ ਪਰਚੇ ਦਰਜ, ਉਹ ਤੀਸਰਾ ਦੋਸ਼ੀ ਹੈ ਜੀ? ਮਨੀਸ਼ ਤੇ ਪਹਿਲਾਂ ਜਿਹੜਾ ਕੋਈ FIR ਜਿਹੜਾ ਹੈਗਾ ਇੱਕ ਮੇਰੇ ਖਿਆਲ ਦਰਜ ਹੈਗਾ ਮਨੀਸ਼ ਤੇ, ਉਹ ਸੀ ਮਨੀਸ਼ ਤੇ ਨਹੀਂ, ਆਈ FIR ਹੈਗਾ 302 ਦਾ। ਜਿਹੜੀ ਰਿਵੋਲਵਰ ਦਿੱਤੀ ਕੋਲ ਬਰਾਮਦ ਕੀਤੀ ਹੈ, ਲਾਇਸੈਂਸ ਹੈ ਜਾਂ ਨਹੀਂ? ਨਾ ਨਜਾਇਜ਼ ਕਿਸ ਤਰ੍ਹਾਂ ਦੀ ਪਤਾ ਲੱਗਾ ਸਰ, ਕਿੱਥੋਂ ਇਹਨਾਂ ਨੇ ਲਈ ਸੀ ਤੇ ਕਿੱਥੋਂ? ਇਸੇ ਚੀਜ਼ ਨੂੰ ਕੋਈ ਇਨਵੈਸਟੀਗੇਸ਼ਨ ਕਹਿੰਦੇ ਨੇ ਕਿੱਥੋਂ, ਹੈ ਨਾ ਜੀ? ਦੇਖੋ ਆਪਾਂ, ਚਲੋ ਥੈਂਕ ਯੂ ਫੋਰ ਆਲ ਯੋਰ ਕੋਆਪਰੇਸ਼ਨ, ਕਿ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈਗਾ ਇਸ ਕੇਸ ਦੀ ਇਨਵੈਸਟੀਗੇਸ਼ਨ ਵਾਸਤੇ, ਅਤੇ ਐਟ ਦੀ ਸੇਮ ਟਾਈਮ ਫੈਮਿਲੀ ਅਤੇ ਬਾਕੀ ਵੱਖ ਵੱਖ ਜਥੇਬੰਦੀਆਂ ਨੇ ਵੀ ਜਿਹੜਾ ਹੈਗਾ ਪੁਲਿਸ ਨੂੰ ਪੂਰਾ ਕੋਆਪਰੇਟ ਕੀਤਾ ਹੈਗਾ ਕਿ ਪੁਲਿਸ ਨੂੰ ਸਫੀਸ਼ੀਐਂਟ ਟਾਈਮ ਦਿੱਤਾ ਜਾ ਸਕੇ। ਅਤੇ ਇਟ ਵਾਜ਼ ਅ ਟਫ ਕੇਸ ਟੂ ਕ੍ਰੈਕ, ਬਹੁਤ ਹੀ ਮਤਲਬ ਸਾਡੀ 10 ਟੀਮਾਂ ਦਾ ਪਿਛਲੇ 6-7 ਦਿਨ ਤੋਂ ਮਤਲਬ ਆਲਮੋਸਟ ਜਿਹੜਾ ਹੈਗਾ 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ, ਅਤੇ 10 ਟੀਮਾਂ 'ਚ ਲਗਭਗ 80-100 ਮੁਲਾਜ਼ਮ ਰਾਤ ਦਿਨ ਇਸ ਚੀਜ਼ 'ਚ ਲੱਗੇ ਹੋਏ ਸੀਗੇ। ਇਟ ਵਾਜ਼ ਅ ਸੈਂਸੇਸ਼ਨਲ ਕੇਸ, ਅਤੇ ਬਾਈ ਦੀ ਗ੍ਰੇਸ ਆਫ ਗੋਡ, ਬਾਈ ਸਪੋਰਟ ਆਫ ਆਲ ਆਰ ਸੀਨੀਅਰਸ, ਹੈੱਡਕੁਆਰਟਰ ਤੋਂ ਮਾਨਯੋਗ DGP ਸਾਹਿਬ, ਸਪੈਸ਼ਲ DG ਲੋਅ ਐਂਡ ਆਰਡਰ, ADG ਇੰਟੈਲੀਜੈਂਸ, ADG CI, ਸਾਡੀ ਇੰਟੈਲੀਜੈਂਸ ਦੀ ਟੀਮ, ਸਾਡੇ DIG ਸਾਹਿਬ, ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ, ਕੋਆਪਰੇਟ ਕੀਤਾ, ਗਾਈਡ ਕੀਤਾ, ਜਿਹਦੇ ਕਰਕੇ ਅਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਾਹੀਂ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ, ਸਾਰੇ ਇਹਨਾਂ ਦੇ ਸਾਰੇ ਸਿਹਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜ੍ਹੇ ਹੈਗੇ, ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ, ਇਟ ਵਾਜ਼ ਅ ਟਫ ਕੇਸ ਟੂ ਕ੍ਰੈਕ ਐਂਡ ਫਾਈਨਲੀ ਵੀ ਕੁੱਡ ਡੂ ਇਟ, ਸੋ ਥੈਂਕ ਯੂ ਫੋਰ ਆਲ ਯੋਰ ਸਪੋਰਟ। ਐਂਡ ਸਾਡਾ ਇਹ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤਾਂ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ। ਹੋ ਸਕਦਾ ਹੈਗਾ ਉਹਨੂੰ ਫੜਨ 'ਚ ਮਤਲਬ 2 ਦਿਨ ਲੱਗ ਜਾਣ, 5 ਦਿਨ ਲੱਗ ਜਾਣ, 7 ਦਿਨ ਲੱਗ ਜਾਣ, 10 ਦਿਨ ਲੱਗ ਜਾਣ, ਬਟ ਉਹ ਫੜਿਆ ਜਾਏਗਾ, ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈਗਾ। ਸਰ ਫੈਮਿਲੀ ਨਾਲ ਹੁਣ ਗੱਲਬਾਤ,
ਪੋਸਟਮਾਰਟਮ ਬਾਰੇ ਜਾਂ ਕੁਝ ਲੱਗਦਾ ਹੈ ਹੁਣ ਤੋਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਉਹ ਇਨੀਸ਼ੀਅਲੀ ਤੋਂ ਡਿਮਾਂਡ ਵਾਸ ਟੂ ਅਰੈਸਟ 3 ਪੀਪਲ ਤੇ ਹੁਣ ਤੱਕ ਤਾਂ ਅਸੀਂ ਤੋਂ ਈਵਨ 7 ਲੋਕ ਪੜ ਚੁੱਕੇ ਹਾਂ ਇਸ ਕੇਸ 'ਚ ਤੇ ਪਰਿਵਾਰ ਦਾ ਤਾਂ ਆਹੀ ਸੀਗਾ ਜੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਮਿਲੇ ਅਤੇ ਫੜੇ ਜਾਣ ਅਤੇ ਉਹ ਓਬਵੀਅਸਲੀ ਫੜੇ ਗਏ ਹੈਗੇ ਅਤੇ ਮੈਨੂੰ ਲੱਗਦਾ ਹੁਣ ਪਰਿਵਾਰ ਦੀ ਜਿਹੜੀ ਹੈਗੀ ਉਹ ਇਸ ਚੀਜ਼ 'ਤੇ ਹੋਏਗੀ ਬਾਕੀ ਵੀ ਇਨਵੈਸਟੀਗੇਸ਼ਨ ਅਸੀਂ ਕਨਫਰਮ ਕਰਾਂਗੇ ਅਤੇ 100% ਟ੍ਰਾਂਸਪੇਰੈਂਟ ਮੈਨਰ ਸਾਡੀ ਇਨਵੈਸਟੀਗੇਸ਼ਨ ਕਰੇਗਾ।